हैं बापू कल फिर शगन दी तैयारी पूरी हां पूरी फल दे है ठीक है तैयारियां तो चलदियां रहनियां कल नु तेरा शगन लाउन जाना वा जे अगले एक्टिवा देनगे ना तो बुलेट मांग ली जे अगले कूलर देनगे फिर एसी मांग ली ओ भरावा अगले कुछ नहीं दिंदे अगले कल्ली कुड़ी कुड़ी दिंदे आ ओ तू उना दी बुड़ी मांग ली सत श्री अकाल जी मैं जसकरन बाट पंजाबी टॉक देख रहे सारी दर्शकों का स्वागत करदा अजकल हर एक दी लाइफ टेंशन नाल भरी हुई है हर कोई हसना चाहता खुश रहना चाहता चाहे वह बच्चा होवे चाहे नौजवान हो चाहे वह बुजुर्ग ही क्यों ना हो हर कोई अपनी लाइफ नू इंजॉय करना चाहता लाइफ इंजॉय करन दा तरीका वा फनी वीडियोज़ जां कॉमेडी लाइफ दे विच हर कोई डिप्रैसड रहिंदा लाइफ दे विच हर कोई खुश रहिंदा ते अज असीं आए हां धर्मकोट दे विच जिथों दे वीर ने जानू सेथी वीर ते उहनां दी टीम दे नाल मुलाकात कराउण जा रहे हां जो बहुत ही वधिया फनी वीडियोज़ बनाउंदे ने ते मैनूं लगदा हुण वी करैक्टर विच ही आ ते बहुत वधिया वीरे नाल मिल के लगे आ ते करदे आपां उहनां नाल गल्लबात ते सब तों पहलां तां वीरे बहुत बहुत स्वागत आ तुहाडे सारिआं दा सति श्री अकाल जी की हाल चाल है जी ਮੈਂ ਵਧੀਆ ਤੁਸੀਂ ਸੁਣਾਓ ਵੀਰੇ ਮੈਂ ਕਿਹਾ ਸੀ ਵਧੀਆ ਵੀਰੇ ਕੰਮ ਕਰ ਰਿਹਾ ਚੱਲਦਾ ਵਧੀਆ ਬਸ ਬੈਠੇ ਆ ਤੇ ਵੀਰੇ ਪਹਿਲਾਂ ਤਾਂ ਐਂ ਦੱਸੋ ਯਾਰ ਮੈਂ ਤੁਹਾਨੂੰ ਜਾਨੂ ਬੁਲਾਵਾਂ ਜਾਣੇ ਮਨ ਕਮਾਂ ਜਾਂ ਤੁਸੀਂ ਮੈਨੂੰ ਪਿਆਰ ਨਾਲ ਜਾਨੂ ਹੀ ਕਹਿ ਸਕਦੇ ਹੋ ਜਾਨੂ ਕਹਿ ਲਓ ਹਾਂਜੀ ਜਾਨੂ ਕਹੋ ਪਹਿਲਾਂ ਤਾਂ ਵੀਰੇ ਐਂ ਦੱਸੋ ਕਮੇਡੀ ਦੀ ਆਪਾਂ ਸ਼ੁਰੂਆਤ ਕਦੋਂ ਕੀਤੀ ਤੇ ਕਿਵੇਂ ਕੀਤੀ ਵੀਰੇ ਕਮੇਡੀ ਦੀ ਸ਼ੁਰੂਆਤ ਪਹਿਲਾਂ ਤਾਂ ਆਪਾਂ ਚਲੋ ਪੜ੍ਹਾਈ ਲਿਖਾਈ ਸੀਗੀ ਤੇ ਬਾਅਦ ਚੋਂ ਘਰੇ ਵਿਹਲੇ ਹੋ ਗਏ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਪੰਜਾਬੀ ਮੁੰਡਾ ਤਾਂ ਕਿਤੇ ਪੜ੍ਹਦਾ ਹੀ ਨਹੀਂ ਕਹਿੰਦੇ ਤੇ ਘਰੇ ਵਿਹਲੇ ਬੈਠੇ ਜਿਵੇਂ ਮਤਲਬ ਕਿ ਟਿਕਟੋਕ ਦਾ ਉਦੋਂ ਬੜਾ ਕਰੇਜ਼ ਸੀਗਾ ਤੇ ਟਿਕਟੋਕ ਬਣਾਉਂਦੇ ਮੈਂ ਕਿਹਾ ਅਸੀਂ ਵੀ ਕਰ ਲਈਏ ਪੰਗੇ ਪੁੰਗੇ ਤੇ ਟਿਕਟੋਕ ਬਣਾਉਣ ਲੱਗ ਗਏ ਤੇ ਉਦੋਂ ਬਾਅਦ ਬਹੁਤ ਰਿਸਪੌਂਸ ਮਿਲਿਆ ਮਤਲਬ ਕਿ ਮੈਂ ਇੱਕ ਵੀਡੀਓ ਬਣਾਈ ਤੇ ਉਹਦੇ 'ਚ ਮੈਂ ਕੁੜੀ ਦਾ ਰੋਲ ਕੀਤਾ ਆਪਣੇ ਬੋਧੀ ਕਰ ਲਈਆਂ ਤੇ ਮੈਂ ਵੀਡੀਓ ਪਾਤੀ ਮੈਨੂੰ ਪਹਿਲੀ ਵੀਡੀਓ 2 ਮਿਲੀਅਨ ਚੱਲੀ ਤੇ ਮੈਂ ਬੜਾ ਖੁਸ਼ 12,000 ਫੋਲੋਅਰ ਸੀ ਮੇਰਾ ਤੇ ਮੈਨੂੰ ਬੜੀ ਖੁਸ਼ੀ ਮਿਲੀ ਤੇ ਇਦਾਂ ਹੌਲੀ ਹੌਲੀ ਸਟੈਪ ਬਾਏ ਸਟੈਪ ਮੇਰਾ ਕੰਮ ਵਧੀਆ ਚੱਲੀ ਗਿਆ ਇੰਸਟਾ ਤੇ ਤੁਹਾਡਾ ਕੰਟੈਂਟ ਦੇਖਦੇ ਆ ਯਾਰ ਬਹੁਤ ਵਧੀਆ ਹੁੰਦਾ ਤੇ ਹਰ ਇੱਕ ਵਾਰ ਸਾਨੂੰ ਡਿਫਰੈਂਟ ਚੀਜ਼ ਦੇਖਣ ਨੂੰ ਮਿਲਦੀ ਆ ਹਨਾ ਹਾਂਜੀ ਤੇ ਯਾਰ ਇੰਨਾ ਦਿਮਾਗ ਕਿਵੇਂ ਚੱਲਦਾ ਯਾਰ ਕਿ ਹਰ ਇੱਕ ਵਾਰੀ ਡਿਫਰੈਂਟ ਕੰਟੈਂਟ ਹੀ ਲੈ ਕੇ ਆਉਂਦੇ ਹੋ ਅਸੀਂ ਨਾਲ ਨੂੰ ਅਸੀਂ ਸਵਾਹ ਦੇ ਦਿੰਦੇ ਆ ਫਿਰ ਵੀ ਜ਼ਿਆਦਾ ਕਿਹਦਾ ਬਿੱਥੇ ਬਣ ਜਾਂਦਾ ਕੰਟਰੀਬਿਊਟ ਜ਼ਿਆਦਾ ਕਿਹਦਾ ਹੁੰਦਾ ਤੁਹਾਡੇ ਚੋਂ भुख लगी कुलचे लिया दो बस आ गल 15 मिनटां बाद भुख लगदी इहनूं ते वीरे अपने बारे दसो यार कुछ की करदे हो तुसीं ਵੀਰੇ ਮੈਂ ਤਾਂ ਹਾਈ ਸਟੱਡੀ ਕਰਦਾ ਕਿਹੜੀ ਕਲਾਸ ਦੇ ਵਿੱਚ ਵੀਰੇ ਅੱਛਾ ਕਿੰਨੀ ਏਜ ਹੈ ਵੀਰੇ ਵੀਰੇ 16 ਅੱਛਾ ਗੱਲ ਸੱਚੀ ਹੈ ਯਾਰ ਇੰਨਾ ਖਾਣੇ ਹੋ ਤੁਸੀਂ ਮਜ਼ਾਕ ਕਰਦੇ ਆ ਮੈਂ ਉਹ ਪੁੱਛਦੇ ਵੇ ਪੜ੍ਹਾਈ ਤੋਂ ਬਿਨਾ ਵੀ ਕੁਝ ਕਰਦੇ ਹੋ ਕਿ ਨਹੀਂ ਨਹੀਂ ਪੜ੍ਹਾਈ ਤੋਂ ਬਿਨਾ ਬਸ ਆ ਵੀਡੀਓ ਹੀ ਬਣਾਈ ਨਹੀਂ ਖਾਣੇ ਤੇ ਵੀਰੇ ਤੁਸੀਂ ਦੱਸੋ ਯਾਰ ਤੁਸੀਂ ਵੀ ਬਹੁਤ ਬਾਈ ਨੂੰ ਪੜ੍ਹਾਈ ਦੇ ਬਾਰੇ ਪੁੱਛ ਰਹੇ ਹੋ ਤੇ ਤੁਸੀਂ ਕਦੋਂ ਕਿੰਨੇ ਸੀਗੇ ਪੜ੍ਹਾਈ ਦੇ ਵਿੱਚ ਪੜ੍ਹਾਈ ਤੇ ਜੇ ਪੜ੍ਹਾਈ ਦੇ ਵਿੱਚ ਵਧੀਆ ਹੁੰਦੇ ਤੇ ਅੱਜ ਮਤਲਬ ਕਿ ਤੁਹਾਨੂੰ ਪਤਾ ਹੀ ਆ ਸਾਡੇ ਕੈਰੇਕਟਰ ਨੂੰ ਲੱਗਦਾ ਹੀ ਕਿ ਪੜ੍ਹਾਈ ਦੇ ਵਿੱਚ ਨਾਲ ਹੀ ਆ ਨਹੀਂ ਯਾਰ ਕੰਟੈਂਟ ਤਾਂ ਬਹੁਤ ਵਧੀਆ ਹੁੰਦਾ ਤੁਹਾਡਾ ਚੱਕਰ ਇਹ ਆ ਕਿ ਆ ਪੜ੍ਹਾਈ ਦੇ ਵਿੱਚ ਵਧੀਆ ਹੀਗਾ ਹੁਣ ਸਾਨੂੰ ਮਿਲ ਗਿਆ ਤੇ ਬਸ ਇਹ ਵੀ ਡੈਡ ਹੀ ਆ ਇਹਦਾ ਪਹਿਲਾ ਸਟਾਮ ਲਿਖਾ ਲਿਆ ਘਰਦਿਆਂ ਦਾ ਵੀ ਖਤਮ ਆ ਬੰਦਾ ਸਾਡੇ ਨਾਲ ਰਲ ਗਿਆ ਤੇ ਬਸ ਵੀਰੇ ਬਹੁਤ ਵਧੀਆ ਹੈ ਨਾ ਤੇ ਕਿਵੇਂ ਵੀਰੇ ਟੀਮ ਦੀ ਸ਼ੁਰੂਆਤ ਹੋਈ ਸੀਗੀ ਕਿਵੇਂ ਟੀਮ ਬਣਾਈ ਹੈ ਤੁਹਾਡੀ ਜਵਾਬ ਮੈਂ ਹੀ ਦੇਣਾ ਦੁਬਾਰਾ ਕਰੋ ਫਿਰ ਤੇ ਚਾਨੂ ਵੀਰ ਜੇ ਟੀਮ ਦੀ ਗੱਲ ਕਰੀਏ ਤੁਹਾਡੀ ਟੀਮ ਹੈ ਨਾ ਬਹੁਤ ਵੱਡੀ ਆ ਟੀਮ ਤਾਂ ਹਾਂਜੀ ਧੰਨਵਾਦ ਤੇ ਕਿਵੇਂ ਬਣੀ ਸੀਗੀ ਟੀਮ ਦੀ ਸ਼ੁਰੂਆਤ ਕਿਵੇਂ ਹੋਈ ਸੀਗੀ ਟੀਮ ਦੀ ਸ਼ੁਰੂਆਤ ਮਤਲਬ ਕਿ ਪਹਿਲਾਂ ਤਾਂ ਚਲੋ ਅਸੀਂ ਮਤਲਬ ਕਿ ਮੈਂ ਇਕੱਲਾ ਹੀ ਬਣਾਉਂਦਾ ਹੁੰਦਾ ਸੀ ਵੀਡੀਓ ਤੇ ਫਿਰ ਮੈਂ ਦੇਖਿਆ ਵੀ ਮਤਲਬ ਕਿ ਸਾਡੇ ਧਰਮਕੋਟ ਦੇ ਮੁੰਡੇ ਹੋਰ ਵੀ ਕਾਫੀ ਜਾਣੇ ਮਤਲਬ ਕਿ ਵੀਡੀਓ ਬਣਾਉਂਦੇ ਆ
ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਸਾਹਿਲ ਮਤਲਬ ਕਿ ਅਸੀਂ ਟਿਕਟੋਕ ਦੇ ਟਾਈਮ ਜਦੋਂ ਟਿਕਟੋਕ ਹਜੇ ਬੰਦ ਨਹੀਂ ਹੋਇਆ ਸੀ ਸਾਹਿਲ ਮੈਨੂੰ ਮਿਲਿਆ ਫਿਰ ਅਸੀਂ ਦੋਵੇਂ ਜਾਣੇ ਵੀਡੀਓ ਬਣਾਉਣ ਲੱਗ ਗਏ ਸਾਨੂੰ ਕਾਫੀ ਰਿਸਪੌਂਸ ਵਧੀਆ ਮਿਲਿਆ ਤੇ ਉਸ ਤੋਂ ਬਾਅਦ ਜੱਸਾ ਸੀਗਾ ਇਹ ਵੀ ਮਤਲਬ ਕਿ ਅਲੱਗ ਮਤਲਬ ਕਿ ਟ੍ਰਾਂਜੈਕਸ਼ਨ ਆਇਆ ਮਾਰ ਕੇ ਝਟਕੇ ਲਿਆ ਇਹ ਫਿਰ ਕੱਲਾ ਬਣਾਉਂਦਾ ਹੁੰਦਾ ਸੀ ਤੇ ਫਿਰ ਮੈਂ ਕੀਤਾ ਵੀ ਆਪਾਂ ਮਤਲਬ ਕਿ ਇੱਕ ਧਰਮਕੋਟ ਦੇ ਮਤਲਬ ਹੈਗੇ ਹਾਂ ਕਿਉਂ ਨਾ ਆਪਾਂ ਮਤਲਬ ਇਕੱਠੇ ਹੋ ਕੇ ਬਣਾਈਏ ਤੇ ਇਹ ਕਹਿੰਦਾ ਓਕੇ ਇਹ ਮਤਲਬ ਕਿ ਸਾਡੇ ਨਾਲ ਆ ਗਿਆ ਤੇ ਅਸੀਂ ਤਿੰਨਾਂ ਨੇ ਫਿਰ ਵੀਡੀਓ ਬਣਾਈ ਕਾਫੀ ਹੱਦ ਤੱਕ ਰਿਸਪੌਂਸ ਮਿਲਿਆ ਸਾਨੂੰ ਉਦੋਂ 10,000 ਫੋਲੋਅਰ ਸੀ ਹਾਂਜੀ 10,000 ਹੁਣ ਤੁਸੀਂ ਵੀ ਬੋਲੋ ਤੁਹਾਡੇ ਕਿਹੜਾ ਮੂੰਹ 'ਚ ਫਿਰ ਅਸੀਂ ਇੱਕ ਵੈਬ ਸੀਰੀਜ਼ ਵੀ ਬਣਾਈ ਉਦੋਂ ਸਾਨੂੰ ਮਾਸਟਰ ਮਿਲ ਗਿਆ ਉਹ ਵੈਬ ਸੀਰੀਜ਼ ਇਹਨਾਂ ਦੀ ਚੱਲਦੀ ਪਈ ਸੀ ਤੇ ਇਹਨਾਂ ਦਾ ਕੋਈ ਕਰੈਕਟਰ ਸੀਗਾ ਇੱਕ ਨਿੱਕਾ ਜਿਹਾ ਕਰਨ ਵਾਲਾ ਤੇ ਇਹਨਾਂ ਨੂੰ ਕਿਸੇ ਇਹਨਾਂ ਦੇ ਫਰੈਂਡ ਨੇ ਦੱਸਿਆ ਕਿ ਆਪਾਂ ਮਾਸਟਰ ਨੂੰ ਬੁਲਾ ਲਈਏ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਜਿਹੜੀ ਸਾਡੀ ਵੈਬ ਸੀਰੀਜ਼ ਸੀ ਮਤਲਬ ਕਿ ਉਹ ਕਾਲਜ ਟਾਈਪ ਦੇ ਸੀ ਜਿਵੇਂ ਕਾਲਜ ਦੇ ਸਟੂਡੈਂਟ ਸੋ ਸਾਨੂੰ ਉਸ ਲਈ ਮਾਸਟਰ ਮਤਲਬ ਕਿ ਥੋੜਾ ਮੈਚੁਅਰ ਬੰਦੇ ਦੀ ਵੀ ਲੋੜ ਸੀ ਸੋ ਸਾਨੂੰ ਲੱਗਿਆ ਕਿ ਮੈਨੂੰ ਇਹਨਾਂ ਨੇ ਫੋਨ ਕੀਤਾ ਆਪਾਂ ਉੱਡੇ ਆਏ ਧੜਾ ਧੂੜ ਬਸ ਉਸ ਤੋਂ ਬਾਅਦ ਆਪਾਂ ਖੜਾ ਨਹੀਂ ਛੱਡਿਆ ਤੁਸੀਂ ਵੈਬ ਸੀਰੀਜ਼ ਜੀ ਮਾਸਟਰ ਹੋ ਜਾਂ ਸਿੰਪਲ ਵੀ ਲਾਈਫ ਦੇ ਵਿੱਚ ਚਲੋ ਮਾਸਟਰ ਤਾਂ ਹੈਗੇ ਹੈਗੇ ਆ ਉਹ ਜਿਹੜੀ ਸੀ ਵੈਬ ਸੀਰੀਜ਼ ਦੇ ਵਿੱਚ ਵੀ ਇਹਨਾਂ ਨੂੰ ਮਾਸਟਰ ਦੇ ਕਰੈਕਟਰ ਦੀ ਲੋੜ ਸੀ ਉੱਥੇ ਕਰੈਕਟਰ ਕੀਤਾ ਵੈਸੇ ਪਹਿਲਾਂ ਮੈਂ ਸ਼ਾਰਟ ਮੂਵੀਆਂ ਕੀਤੀਆਂ ਆਈਆਂ ਉਹਦੇ ਵਿੱਚ ਤਾਂ ਵਾਲ ਵੂਲ ਖੋਲ ਕੇ ਸਾਧਾਂ ਦੇ ਵੀ ਰੋਲ ਕੀਤੇ ਫਿਰ ਬਸ ਇਹਨਾਂ ਦਾ ਖੜਾ ਨਹੀਂ ਛੱਡਿਆ ਫਿਰ ਇਹ ਬਣਾਉਂਦੇ ਸੀਗੇ ਫਿਰ ਇਹ ਬਣਾਉਂਦੇ ਸੀ ਥੋੜੀਆਂ ਜਿਹੀਆਂ ਨੌਨ ਵੈਜ ਮੈਂ ਵੇਖਿਆ ਕਰਨਾ ਕਿ ਹੁਣ ਮਾੜਾ ਮੋਟਾ ਕੋਈ ਦੂਜੇ ਪਾਸੇ ਵਾਲੀਆਂ ਬਣਾਉਣ ਤੇ ਮੈਂ ਹੋਵਾਂ ਇਹਨਾਂ ਆਪਦਾ ਜੋ ਸੀ ਕਰਨਾ ਕੰਮ ਕਾਰ ਕਰਕੇ ਤੇ ਬਾਅਦ 'ਚ ਮੇਰੇ ਨਾਲ ਇੱਕ ਅੱਧੀ ਵੀਡੀਓ ਬਣਾਉਣੀ ਕਰਨੀ ਫਿਰ ਚਲੋ ਬਣਾ ਕੇ ਫਿਰ ਹੌਲੀ ਹੌਲੀ ਸਿਆਣੀਆਂ ਹੀ ਬਣਾਉਣ ਲੱਗ ਗਏ ਪਹਿਲਾਂ ਸਾਡਾ ਮਤਲਬ ਕਿ ਜਿਹੜਾ ਹੋਰ ਸੀ ਸਹੀ ਨੌਨ ਵੈਜ ਵੀਡੀਓ ਬਣਾਉਂਦੇ ਹੁੰਦੇ ਸੀਗੇ ਹੁਣ ਬੰਦ ਕਰ ਦਿੱਤੇ ਜਮਾ ਬੰਦ ਹੁਣ ਸਾਫ ਸੁਥਰੀਆਂ ਫੈਮਲੀ ਵਾਲੀਆਂ ਵੀਡੀਓ ਬਣਾਈ ਦੀਆਂ ਨਹੀਂ ਵਧੀਆ ਗੱਲ ਹੈ ਹਾਂਜੀ ਟੀਮ ਮੈਨੇਜ ਕਰਨੀ ਵੀਰੇ ਕਿਤੇ ਨਾ ਕਿਤੇ ਤਾਂ ਔਖੀ ਹੁੰਦੀ ਆ ਯਾਰ ਕਿਉਂਕਿ ਆਪਾਂ ਸੋਸ਼ਲ ਮੀਡੀਆ ਤੇ ਕਈ ਟੀਮਾਂ ਇਹੋ ਜਿਹੀਆਂ ਦੇਖੀਆਂ ਨੇ ਜਿਹੜੀਆਂ ਆਈਆਂ ਸੀ ਸੋਸ਼ਲ ਮੀਡੀਆ ਤੇ ਹਨਾ ਕੋਈ ਰੀਜ਼ਨਸ ਕਰਕੇ ਟੁੱਟੀਆਂ ਵੀ ਨੇ ਤੇ ਤੁਹਾਡੀ ਟੀਮ ਨੂੰ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਚਲੋ ਸਭ ਤੋਂ ਪਹਿਲਾਂ ਤਾਂ ਜਿਵੇਂ ਟੁੱਟੀਆਂ ਦੀ ਗੱਲ ਕਰਦੇ ਆ ਸਾਨੂੰ ਨਹੀਂ ਲੱਗਦਾ ਕਿ ਚਲੋ ਟੱਚ ਵੁੱਡ ਕਿ ਸਾਡੀ ਵੀ ਟੀਮ ਟੁੱਟੇ ਕਿਉਂਕਿ ਸਾਡਾ ਅੱਜ ਕੱਲ ਮਤਲਬ ਕਿ ਆਪਾਂ ਕਹਿੰਦੇ ਨਹੀਂ ਬਹੁਤ ਵਧੀਆ ਸਾਡਾ ਮਤਲਬ ਕੰਮ ਚੱਲ ਰਿਹਾ ਵੀਡੀਓ ਮਤਲਬ ਵਿਊਜ਼ ਵਧੀਆ ਆ ਰਹੇ ਆ ਤੇ ਟੀਮ ਬਾਕੀ ਟੀਮ ਮੈਨੇਜ ਦੀ ਮਤਲਬ ਕਿ ਸਾਡੇ ਅੱਗੇ ਵੀ ਤੁਹਾਨੂੰ ਦੱਸ ਚੁੱਕਿਆ ਕਿ ਮਤਲਬ ਕਿ ਕੋਈ ਹੈ ਨਹੀਂਗਾ ਕਿ ਉਹ ਮਤਲਬ ਕਿ ਹੈਗਾ ਵੱਡਾ ਉਹਨੂੰ ਜ਼ਿਆਦਾ ਐਕਟਿੰਗ ਆਉਂਦੀ ਆ ਉਹਨੂੰ ਜ਼ਿਆਦਾ ਪਤਾ ਵਾ ਮਤਲਬ ਕਿ ਹਾਂਜੀ ਸਾਰੇ ਮਤਲਬ ਕਿ ਜਿਵੇਂ ਸਕ੍ਰਿਪਟ ਤਿਆਰ ਲਾ ਲੈ ਕੇ ਕੰਮ ਕਰ ਲਈਏ ਜੋ ਜੱਸੇ ਨੇ ਕਹਤਾ ਨਹੀਂ ਇਦਾਂ ਨਹੀਂ ਆਇਆ ਵਾ ਇਦਾਂ ਨਹੀਂ ਆਇਆ ਵਾ ਫਿਰ ਜੇ ਸਾਡਾ ਬੰਦਾ ਰੁੱਸ ਜਾਂਦਾ ਫਿਰ ਅਸੀਂ ਉਹ ਵੀਡੀਓ ਪਾਉਣੀ ਆ ਜਿਹੜੀ 27-28 ਮਿਲੀਅਨ ਜਾਂਦੀ ਅਗਲੇ ਦਿਨ ਆਪੇ ਫੋਨ ਆ ਜਾਂਦਾ ਚਲੋ ਵੀਡੀਓ ਬਣਾਈ ਦਿਓ ਤੇ ਜੇ ਗੱਲ ਕਰੀਏ ਆਪਾਂ ਟੀਮ ਵਰਕ ਦੀ ਟੀਮ ਵਰਕ ਸਾਡਾ ਬਹੁਤ ਵਧੀਆ ਬੰਦੇ ਸਾਰੇ ਜੇ ਇਹ ਨਹੀਂ ਕਿ ਤੂੰ ਸੀਨੀਅਰ ਆ ਮੈਂ ਜੂਨੀਅਰ ਆ ਉਹਨੇ ਕਹਿਤੀ ਉਹਦੀ ਸੁਣਨੀ ਨਹੀਂ ਕਿੰਨਾ ਜੋ ਇੱਕ ਨੇ ਕਹਿਤਾ ਹਾਂ ਠੀਕ ਆ ਬਸ ਠੀਕ ਆ ਉਹੀ ਕਰਨਾ ਮਤਲਬ ਜੋ ਮੈਂ ਕਹਿਤਾ ਮੋਟਾ ਰੋ ਵੀਰ ਯਾਰ ਘੱਟ ਬੋਲਦਾ ਯਾਰ ਬਹੁਤ ਰੋਸੀ ਜਾਂਦਾ ਇਹ ਰੋਸੀ ਆਇਆ ਇਹ ਕੱਲਾ ਕਮਰੇ 'ਚ ਜ਼ਿਆਦਾ ਬੋਲਦਾ ਬੋਲੇ ਭੁੱਖ ਲੱਗੀ ਹੋਣੀ ਕੀ ਆਪਾਂ ਇੰਟਰਵਿਊ ਕੋ ਖਾਣ ਨੂੰ ਮੰਗਾ ਲੈਂਦੇ ਆ ਮੰਗਾ ਲੋ ਨਹੀਂ ਵੇਲਾ ਫਿਰ ਕੁਲਚਾ ਲਿਆਵਾਂ ਕੁਲਚਾ ਇਹਦੇ ਪੱਟ ਤੇ ਮੋਰਨੀ ਬਣਾਉਣੀ ਆਪਾਂ ਮੋਰਨੀ ਯਾਰ ਲੂਡ ਹੋਣਾ ਜਿਵੇਂ ਪਹਿਲਾਂ ਵੀਡੀਓ 'ਚ ਬੋਲਿਆ ਝੂਠਾ ਝੂਠਾ ਹੀ ਬੋਲਦਾ ਝੂਠਾ ਬਣਾਵਾਂਗੇ ਜੱਡਾ ਦਾ ਪਾਟਾ ਕੋਈ ਠੱਠਾ ਠੁੱਠਾ ਬਣਾ ਚਲੋ ਹੁਣ ਕੁਐਸਚਨ ਆਪਾਂ ਟੀਮ ਨੂੰ ਕਰਦੇ ਹਾਂ ਹਾਂਜੀ ਬਈ ਤੁਹਾਨੂੰ ਕੋਈ ਦਿੱਕਤ ਆਈ ਹੋਵੇ ਜਦੋਂ ਤੁਸੀਂ ਵੀਰੇ ਨਾਲ ਜੁੜੇ ਹੈ ਨਾ ਤੇ ਵੀਡੀਓਸ ਬਣਾਉਂਦੇ ਸੀਗੇ ਕੋਈ ਇਦਾਂ ਦੀ ਤੰਗ ਪਰੇਸ਼ਾਨੀ ਆਵੇ ਕਿਵੇਂ ਲੱਗਿਆ ਤੁਹਾਨੂੰ ਵੀਰੇ ਦੇ ਨਾਲ ਕੰਮ ਕਰਕੇ ਨਹੀਂ ਦਿੱਕਤ ਤਾਂ ਕੋਈ ਨਹੀਂ ਅਸੀਂ ਤਾਂ ਸਗੋਂ ਸ਼ੌਂਕ ਨਾਲ ਜਾਂਦੇ ਸੀ ਸਾਨੂੰ ਸ਼ੁਰੂ ਤੋਂ ਹੀ ਸ਼ੌਂਕ ਸੀ ਵੀਡੀਓ ਬਾਰੇ ਬਣਾਉਣ ਦਾ ਮੈਂ ਸਗੋਂ ਜੋ ਕਾਲਜ ਟਾਈਮ ਤੋਂ ਮੈਨੂੰ ਇਹ ਥੀਏਟਰ ਦਾ ਸ਼ੌਂਕ ਸੀਗਾ ਅੱਛਾ ਤੇ ਮੈਨੂੰ ਲੱਗਾ ਮੈਂ ਕਿਹਾ ਯਾਰ ਮੈਂ ਵੀ ਵੀਡੀਓ ਬਣਾਵਾਂ ਮੈਂ ਪਹਿਲਾਂ ਜਾਂਦੇ ਵੇਖਦਾ ਮੈਂ ਬੰਦ ਕਰਤਾ ਸੀ ਇੱਕ ਵਾਰ ਵੀਡੀਓ ਬਣਾਉਣਾ ਤੇ ਫਿਰ ਇਹਦੀ ਵੀਡੀਓ ਵੇਖ ਕੇ ਮੋਟੀਵੇਸ਼ਨ ਮਿਲੀ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਬਣਾਉਂਦੇ ਆ ਫਿਰ ਦੁਬਾਰਾ ਫਿਰ ਸ਼ੁਰੂਆਤ ਕਰਦੇ ਹਾਂ ਤੇ ਫਿਰ ਮੈਂ ਜੁੜ ਗਿਆ ਨਾਲ ਤੇ ਇਦਾਂ ਹੀ ਫਿਰ ਹੌਲੀ ਹੌਲੀ ਜੱਸਾ ਵੀ ਪਹਿਲਾਂ ਹੀ ਜੁੜਿਆ ਹੋਇਆ ਸੀ ਉਦੋਂ ਨਹੀਂ ਮੈਂ ਪਹਿਲਾਂ ਜਦੋਂ ਲੋਕਡਾਊਨ ਹੋਇਆ ਸੀਗਾ ਉਦੋਂ ਸਟਾਰਟ ਕੀਤੇ ਹੈਗੀਆਂ ਤੇ ਮੈਂ ਇਕੱਲਾ ਹੀ ਬਣਾਉਂਦਾ ਹੁੰਦਾ ਸੀਗਾ ਤੇ ਜਾਨੋਂ ਦੇ ਮੈਸੇਜ ਆਇਆ ਤੇ ਸੀਗੇ 10,000 ਫੋਲੋਅਰ ਮੈਂ ਕਿਹਾ ਵੱਡੇ ਬੰਦੇ ਦਾ ਮੈਸੇਜ ਵੱਡੇ ਕਾਹਦੇ ਇਹ ਕਹਿੰਦਾ ਅੱਜ ਆਪਾਂ ਵੀਡੀਓ ਬਣਾਈਏ ਅਗਲੇ ਦਿਨ ਮੈਂ ਉੱਡਿਆ ਗਿਆ ਤੇ ਬਸ ਹੁਣ ਇਕੱਠੇ ਹੀ ਆ ਚਲੋ ਵਧੀਆ ਮਸਤ ਵੀ ਤੁਸੀਂ ਆਪਾਂ ਨੂੰ ਮੈਸੇਜ ਮੂਸੀ ਨਹੀਂ ਆਇਆ ਆਪਾਂ ਤਾਂ ਡਾਇਰੈਕਟ ਹੀ ਆਏ ਆਪਾਂ ਸਿੱਧੀ ਐਂਟਰੀ ਮਾਰੀ ਡਾਇਰੈਕਟ ਹੀ ਆ ਸ਼ੁਕਰ ਵੀ ਬੰਦਾ ਬੋਲ ਰਿਹਾ ਤੇ ਵੀਰੇ ਇਨ ਫਿਊਚਰ ਆਪਣਾ ਕੋਈ ਪ੍ਰੋਜੈਕਟ ਹੋਵੇ ਕਿਉਂਕਿ ਹੁਣ ਤੁਹਾਡੀਆਂ ਵੀਡੀਓਸ ਬਹੁਤ ਵਧੀਆ ਚੱਲ ਰਹੀਆਂ ਹੈ ਨਾ ਵਾਇਰਲ ਫੋਲੋ ਤੁਸੀਂ ਮਤਲਬ ਕਿ ਆਫਰ ਤਾਂ ਆਪਾਂ ਨੂੰ ਬੜੇ ਆ ਰਹੇ ਆ ਤੇ ਬਟ ਆਪਣਾ ਜਿਹੜਾ ਇਹ ਆ ਕਿ ਮੈਂ ਮਤਲਬ ਕਿ ਪਹਿਲਾਂ ਵੀ ਸਿੰਗਿੰਗ ਪਸੰਦ ਕਰਦਾ ਸੀ ਮੈਂ ਸੋਚਦਾ ਵੀ ਆਪਾਂ ਵੀ ਕੋਈ ਗਾਣਾ ਕਰੀਏ ਬਟ ਉਦੋਂ ਇੰਨੇ ਪੈਸੇ ਮਤਲਬ ਕਿ ਹੁਣ ਚਲੋ ਆਫਰ ਆ ਰਹੀਆਂ ਤੇ ਸੋ ਮੈਂ ਸੋਚਿਆ ਵੀ ਆਪਾਂ ਇੱਕ ਗਾਣਾ ਕਰਦੇ ਹਾਂ ਤੇ ਬਸ ਮਤਲਬ ਕਿ ਬੜੀ ਹੀ ਜਲਦੀ ਆਪਣਾ ਇੱਕ ਗਾਣਾ ਆ ਰਿਹਾ ਮਤਲਬ ਕਿ ਸਾਰਾ ਕੁਝ ਓਕੇ ਆ ਬਸ ਹੁਣ ਤੁਹਾਨੂੰ ਮਤਲਬ ਕਿ ਸਾਰਿਆਂ ਨੂੰ ਆਪਾਂ ਵੀਡੀਓ ਦੇ ਨਾਲ ਗਾਣਾ ਹੀ ਆਊਗਾ ਹਾਂਜੀ ਹੁਣ ਬਟ ਐਵੇਂ ਸਰਪ੍ਰਾਈਜ਼ ਹੀ ਦੇਵਾਂਗੇ ਹੁਣ ਹਾਂਜੀ ਤੇ ਕੋਈ ਵੀਡੀਓ ਸੌਂਗ ਤੋਂ
ਤੋਂ ਬਾਅਦ ਕੋਈ ਚੀਜ਼ ਆਉਂਦੀ ਹੋਵੇ ਜਿਹੜੀ ਸੌਂਗ ਤੋਂ ਬਾਅਦ ਵੀਰੇ ਆਪਾਂ ਨੂੰ ਆਪਣੀ ਵੈਬ ਸੀਰੀਜ਼ ਦੀ ਪਲਾਨ ਆ ਮਤਲਬ ਆਪਾਂ ਕਢਾਉਣਾ ਚਾਹੁੰਦਾ ਸੀ ਮੈਂ ਹਾਂਜੀ ਹਾਂਜੀ ਆਪਾਂ ਵੈਬ ਸੀਰੀਜ਼ ਮਤਲਬ ਕੀ ਕਰ ਰਹੇ ਹਾਂ ਉਹ ਵੀ ਮਤਲਬ ਕਿ ਅਸੀਂ ਅੱਗੇ ਛੋਟੇ ਪ੍ਰੋਜੈਕਟ ਕੀਤੀ ਮਤਲਬ ਕਿ ਸਭ ਕੁਛ ਆਪ ਹੀ ਕੀਤਾ ਸੀ ਚਲੋ ਉਦੋਂ ਨੌਲੇਜ ਇੰਨੀ ਨਹੀਂ ਸੀਗੀ ਵੀ ਕਿੱਥੋਂ ਸੀਨ ਚੱਕਣਾ ਕਿਵੇਂ ਐਂਗਲ ਆਪਾਂ ਨੂੰ ਇੰਨਾ ਨਹੀਂ ਪਤਾ ਸੀ ਬਟ ਹੁਣ ਆਪਾਂ ਥੋੜ੍ਹੀ ਵੱਡੇ ਲੈਵਲ 'ਤੇ ਆਪਾਂ ਵੈਬ ਸੀਰੀਜ਼ ਲੈ ਕੇ ਆਏ ਹਾਂ ਬਟ ਹੈਗੀ ਕਾਲਜ ਲਾਈਫ 'ਤੇ ਆ ਮਤਲਬ ਕਿ ਜਿਵੇਂ ਦੇ ਸਾਡੇ ਕਰੈਕਟਰ ਉਹਨਾਂ ਨੂੰ ਮਤਲਬ ਕਿ ਸਾਰਿਆਂ ਨੂੰ ਸਾਡੇ ਵੇਖਣ ਵਾਲਿਆਂ ਨੂੰ ਸਾਨੂੰ ਚਾਹੁਣ ਵਾਲਿਆਂ ਨੂੰ ਸਾਡੇ ਕਰੈਕਟਰ ਉਹਦੇ 'ਚ ਫਣੇ ਹੀ ਦਿਖਣਗੇ ਅਤੇ ਪੂਰਾ ਮੈਂ ਕਿਹਾ ਨਜ਼ਾਰਾ ਬੰਨਾਂਗੇ ਹਾਂਜੀ ਅਤੇ ਟੀਮ ਵਾਲਿਆਂ ਨੂੰ ਕੁਐਸਚਨ ਕਰਦੇ ਹਾਂ ਹੁਣ ਆਪਾਂ ਜੇ ਤੁਸੀਂ ਵੀਡੀਓਜ਼ ਨਾ ਕਰਦੇ ਵੀਰੇ ਨਾਲ ਹਨਾ ਬਾਈ ਚਾਂਸ ਚਲੋ ਹੁਣ ਤਾਂ ਵਧੀਆ ਚੱਲਦਾ ਵਾ ਜੇ ਇਧਰਲੀ ਸਾਈਡ ਨੂੰ ਨਾ ਆਉਂਦੇ ਤਾਂ ਫਿਰ ਅੱਗੇ ਜਾ ਕੇ ਤੁਸੀਂ ਕੀ ਕਰਨਾ ਸੀਗਾ ਫਿਊਚਰ ਦੇ ਵਿੱਚ ਕੁਛ ਨਹੀਂ ਫਿਰ ਤਾਂ ਟਿੱਕੀਆਂ ਤਲੀਆਂ ਸੀ ਇਹਨਾਂ ਦਾ ਕੰਮ ਤੈਨੂੰ ਕਿਸੇ ਨੇ ਕੁੱਟਿਆ ਨਹੀਂ ਕੋਈ ਗੱਲ ਆ ਘਰੇ ਟੈਨਸ਼ਨ ਆ ਕੋਈ ਬਿਮਾਰ ਆ ਤੇ ਯਾਰ ਬੋਲ ਨਾ ਫਿਰ ਜਿਵੇਂ ਵੀਰੇ ਹੁਣ ਤੁਸੀਂ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਹੋ ਹੈ ਨਾ ਅਤੇ ਆਪਾਂ ਦੇਖਦੇ ਹਾਂ ਕਿ ਜਿਹੜਾ ਵੀ ਬੰਦਾ ਟ੍ਰੈਂਡਿੰਗ ਦੇ ਵਿੱਚ ਚੱਲਦਾ ਵਾ ਫਿਲਮ ਇੰਡਸਟਰੀ ਵੱਲੋਂ ਜ਼ਰੂਰ ਉਹਨੂੰ ਅਪਰੋਚ ਹੁੰਦੀ ਆ ਹਾਂਜੀ ਅਤੇ ਜੇ ਤੁਹਾਨੂੰ ਅਪਰੋਚ ਹੋਈ ਤਾਂ ਕਿਵੇਂ ਤੁਸੀਂ ਵਰਕ ਕਰੋਗੇ ਉਹਨਾਂ ਨਾਲ ਵੀਰੇ ਮਤਲਬ ਕਿ ਸਾਨੂੰ ਤਾਂ ਪਹਿਲਾਂ ਬਹੁਤ ਖੁਸ਼ੀ ਮਿਲੂਗੀ ਕਿਉਂਕਿ ਹਰ ਇੱਕ ਅੱਜ ਕੱਲ੍ਹ ਹਰ ਕੋਈ ਚਾਹੁੰਦਾ ਆ ਮਤਲਬ ਕਿ ਕੋਈ ਵੱਡੇ ਲੈਵਲ 'ਤੇ ਕੰਮ ਕਰੇ ਮਤਲਬ ਕਿ ਜਦੋਂ ਸਾਨੂੰ ਕੋਈ ਮਤਲਬ ਕਿ ਅਪਰੋਚ ਕਰੂਗਾ ਸਾਨੂੰ ਬਹੁਤ ਮਤਲਬ ਕਿ ਵਧੀਆ ਖੁਸ਼ੀ ਹੋਊਗੀ ਅਤੇ ਮਤਲਬ ਕਿ ਸਾਨੂੰ ਲੱਗੂਗਾ ਵੀ ਅਸੀਂ ਵੀ ਮਤਲਬ ਕਿ ਹੈਗੇ ਆ ਦੁਨੀਆਂ 'ਤੇ ਕੁਛ ਕਰਨ ਆਏ ਬੋਲੀਵੁੱਡ ਸੋਰੀ ਐਕਟਰ ਕਿਹੜਾ ਵਾ ਆਪਣਾ ਵੀਰੇ ਆਪਾਂ ਨੂੰ ਵੈਸੇ ਤਾਂ ਸਾਰੇ ਸ਼ਕਤੀ ਗੰਗਾਧਰ ਵੀਰੇ ਆਪਾਂ ਨੂੰ ਸਾਰੇ ਹੀ ਵਧੀਆ ਲੱਗਦੇ ਆ ਆਪਾਂ ਮਤਲਬ ਕਿ ਕਿਸੇ ਨੂੰ ਇੱਕ ਨੂੰ ਅੱਗੇ ਰੱਖ ਕੇ ਨਹੀਂ ਚੱਲਣਾ ਮਤਲਬ ਆਪਾਂ ਨੂੰ ਸਾਰੇ ਹੀ ਵਧੀਆ ਲੱਗਦੇ ਆ ਕੋਈ ਇੱਦਾਂ ਦੀ ਇਨਸਪੀਰੇਸ਼ਨ ਹੋਵੇ ਜਿਹਨੂੰ ਦੇਖ ਕੇ ਤੁਸੀਂ ਅੱਗੇ ਵੱਧਦੇ ਹੋਵੋ ਇੰਸਪੀਰੇਸ਼ਨ ਤਾਂ ਵੀਰੇ ਹੈ ਨਹੀਂ ਗੀ ਬਟ ਜੋ ਵੀ ਆ ਮਤਲਬ ਕਿ ਇਨਸਪੀਰੇਸ਼ਨ ਜੋ ਵੀ ਹੈਗਾ ਵੀਰੇ ਮਤਲਬ ਕਿ ਜੇ ਆਪਾਂ ਮਤਲਬ ਕਿ ਚਾਹੀਏ ਕਿ ਆਪਾਂ ਕੰਮ ਕਰਨਾ ਆਪਾਂ ਐਮੀ ਵਿਰਕ ਦੀ ਫਿਲਮ 'ਚ ਕੰਮ ਕਰਨਾ ਚਾਹਾਂਗੇ ਵੀਰੇ ਮਤਲਬ ਕਿ ਆਪਾਂ ਨੂੰ ਵਧੀਆ ਲੱਗਦਾ ਉਹਨਾਂ ਨਾਲ ਮਤਲਬ ਕਿ ਜੋ ਵੀ ਆ ਕਰਮਜੀਤ ਮਤਲਬ ਜੋ ਵੀ ਉਹਨਾਂ ਦੇ ਮਤਲਬ ਕਿ ਜਿਹੜੀਆਂ ਫਿਲਮਾਂ ਮਤਲਬ ਕਿ ਸਾਰੀਆਂ ਫਨੀ ਤਰੀਕੇ ਦੀਆਂ ਬਹੁਤ ਵਧੀਆ ਆਪਾਂ ਮਤਲਬ ਕਿ ਜਿਹੜੇ ਹਿਸਾਬ ਨਾਲ ਸਾਡਾ ਕਰੈਕਟਰ ਆ ਵਧੀਆ ਉਹਨਾਂ ਦੀ ਫਿਲਮਾਂ 'ਚ ਨਿਕਲ ਕੇ ਆਊਗਾ ਆਪਾਂ ਵੀ ਐਮੀ ਵਿਰਕ ਤੇ ਗੁਰਪ੍ਰੀਤ ਘੁੱਗੀ ਹੋ ਗਿਆ ਸਾਡੀ ਬੱਕਰੀ ਸਾਡੇ ਗੋਭੀ ਦੇ ਫੁੱਲ ਖਾ ਗਈ ਸਾਡੀ ਤਾਂ ਕੋਈ ਬੱਕਰੀ ਨਹੀਂ ਜੀ ਸਾਡੇ ਵੀ ਗੋਭੀ ਦੇ ਫੁੱਲ ਇਮਰਾਨ ਹਾਸ਼ਮੀ ਨਾਲ ਇਹ ਕਰਨਾ ਚਾਹੀਦਾ ਚਲੋ 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 ਉਹ ਨਹੀਂ ਕਿਤੇ ਨਹੀਂ ਆਪਾਂ ਅੱਗੇ ਸਟਾਰਟ ਕਰਨਾ ਮੈਂ ਚਲੋ ਵੈਸੇ ਬੋਲਿਆ ਸੀ ਬਾਲੇ ਕਾਲੇ ਆ ਜਾਣ ਨੂੰ ਆਪਾਂ ਇੱਕ ਫਨੀ ਗੇਮ ਖੇਡਦੇ ਆ ਕੁਇਜ਼ ਆ ਠੀਕ ਆ ਤੇ ਉਹਦੇ ਵਿੱਚ ਮੈਂ ਤੁਹਾਨੂੰ ਕੁਝ ਕੁ ਲਾਈਨਾਂ ਦਊਂਗਾ ਤੇ ਤੁਸੀਂ ਉਹਨੂੰ ਰਿਪੀਟ ਕਰਨਾ ਅੱਛਾ ਤੇ ਜੇ ਤੁਸੀਂ ਕਰਦੇ ਆ ਰਿਪੀਟ ਵਧੀਆ ਤਰੀਕੇ ਨਾਲ ਤੇ ਸਾਡੇ ਬੰਨਿਓ ਤੁਹਾਨੂੰ ਕੁਛ ਵੀ ਨਹੀਂ ਮਿਲੂਗਾ ਦੁਆਵਾਂ ਦੇਵਾਂਗੇ ਅਸੀਂ ਦੁਆਵਾਂ ਦੀ ਵੀ ਅੱਜ ਦੇ ਟਾਈਮ 'ਚ ਤਾਂ ਸਾਨੂੰ ਬੜੀ ਲੋੜ ਆ ਬਹੁਤ ਦੁਆਵਾਂ ਦੇ ਸਿਰ ਤੇ ਤੁਰੇ ਫਿਰਦੇ ਆ ਜਿਸ ਤਰ੍ਹਾਂ ਕਹਿੰਦਾ ਮੈਨੂੰ ਤਾਂ ਗਿਫਟ ਹੀ ਚਾਹੀਦਾ ਤੇ ਇਹਨੂੰ ਬਰਗਰ ਬਾਈ ਪਲੀਜ਼ ਇਹ ਸਾਰੇ 2-2 ਰੁਪਏ ਪਾ ਕੇ ਇਹਨੂੰ ਪਹਿਲਾਂ ਬਰਗਰ ਦਵਾਉਣਾ ਆਪਾਂ ਜਿੰਨੇ ਵਧੀਆ ਨੇ ਸਹੀ ਬੋਲ ਤਾਂ ਆਪਾਂ ਦਵਾਵਾਂਗੇ ਬਰਗਰ ਹਾਂ ਬਰਗਰ ਮਨ ਮੇ ਲੱਡੂ ਫੂਟਾ ਚਲੋ ਬਾਈ ਕੁਇਜ਼ ਵਾਲ ਵੱਧਦੇ ਆ ਚਲੋ ਪਹਿਲਾ ਵੀਰੇ ਲਾਲ ਲੀਰ ਅੱਛਾ ਜੀ ਨਾਲੀ 'ਚ ਰੁੜੇ ਰੁੜ ਲੀਰੇ ਰੁੜ ਇਹ ਲਾਈਨ ਨੂੰ 2 ਵਾਰ ਰਿਪੀਟ ਕਰ ਲਾਲ ਲਾਲ ਚੱਲ ਤੂੰ ਬੋਲ ਪਹਿਲਾਂ ਹਾਂ ਬਰਗਰ ਦੀ ਕਾਲੀ ਆ ਚੱਲ ਲਾਲ ਲੀਲ ਬਸ ਬਸ ਟਾਈਮ ਬਸ ਲਾਲ ਲੀਰ ਨਾੜੀ ਲਾਲ ਲੀਰ ਪਾਣੀ 'ਚ ਰੁੜੇ ਨਾੜੀ 'ਚ ਨਾੜੀ 'ਚ ਰੁੜੇ ਲਾਲ ਲੀਰ ਨਾਲੀ ਚ ਰੁੜੇ ਰੁੜ ਲੀਰੇ ਲੁੜ ਲੁੜ ਨੀ ਰੁੜ ਨਿਕਲ ਜਾਂਦਾ ਲਾਲ ਲੀਰ ਨਾਲੀ ਚ ਰੁੜੇ ਰੁੜ ਲੀਰੇ ਰੁੜ ਲਾਲ ਲੀਰ ਨਾਲੀ ਚ ਰੁੜੇ ਜੋ ਵੀ ਚੀਜ਼ ਕਰੀ ਦੀ ਫਤਿਹ ਕਰੀ ਦੀ ਚਲੋ ਚਲੋ ਲਾਲ ਰੀਲ ਅੱਗੇ ਰੀਲ
लाल लीर नाली च रुड़े लोर इंस्टाग्राम वीडियो बना रील याद आंदी अगली पई है अगला है मक्खी मच्छी मच्छर मच्छी मच्छर मक्खी मच्छी मच्छर मक्खी मच्छी 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 मच्छर मक्खी मच्छी मच्छर यार अपनी एको वाली हुई मक्खी मच्छी ये तो सोखा बहुत है मक्खी मच्छी मच्छर मक्खी मच्छर चलो और तुसी फते कर दो मक्खी मच्छी मच्छर मक्खी मच्छी मक्खर मक्खर क्विज तो अपनी चलो कंप्लीट हो गया ਹੁਣ ਤੁਹਾਨੂੰ ਮੈਂ ਡਾਇਲੌਗ ਦਊਂਗਾ ਅੱਛਾ ਜੀ ਦਿਓ ਤੁਸੀਂ ਇੰਗਲਿਸ਼ ਦੇ ਵਿੱਚ ਬੋਲ ਕੇ ਦਿਖਾਉਣੇ ਆ ਓ ਯਾਰ ਡੈਫੀਨਿਟਲੀ ਯਾ ਓਕੇ ਆਈ ਵਿਲ ਮੈਨੇਜ ਯਾ ਫਲੋ ਵੀ ਤੁਹਾਡਾ ਉਦਾਂ ਦਾ ਰਹਿਣਾ ਚਾਹੀਦਾ ਜਿੱਦਾਂ ਦਾ ਮੈਂ ਡਾਇਲੌਗ ਬੋਲੂਗਾ ਅੱਛਾ ਜੀ ਡੋਨਟ ਵਰੀ ਜਿਹੜਾ ਪਹਿਲਾ ਡਾਇਲੌਗ ਆ ਕੁੱਤੇ ਕਮੀਨੇ ਮੈਂ ਤੇਰਾ ਖੂਨ ਪੀ ਜਾਊਂਗਾ ਆ ਮੇਰਾ ਪਹਿਲਾ ਦੱਸੂਗਾ ਨਹੀਂ ਓ ਫਸਟ ਆ ਦੱਸੂਗਾ ਫਸਟ ਯੂ ਟਰਨ ਐ ਯੂ ਟਰਨ ਯੂ ਟਰਨ ਜੀਜੀ ਤੋੜ ਤੇ ਫਿਰਦਾ ਡੌਗਸ ਆਈ ਡਰਿੰਕ ਯੂਰ ਬਲੱਡ ਕਮੀਨੇ ਡਾਇਲੌਗ ਓ ਐਕਸ਼ਨ Dogs, I drink your blood. भाई कमीना क्या ही कमीने का मतलब क्या भाई कमीना नहीं तू दस यार फोन लाला बार कुंजर दी इंग्लिश है बुलशिट या चल डॉग बुलशिट मेनू नहीं कहना ओके डॉग कैमरे वाले नहीं की तू कहिए बसंती इन कुत्तों के सामने मत नाच आई विल चलो बसंती In front of these bastards, Santi, don't dance. In dance. Front of these dogs. सही है। बाकी मैंने भी नहीं पता। This man got in as in a nine band. Nine and a half. थलड़ले पासे मतलब अद्दा band आया सी का साढ़े नौ दर रह गए सी के अद्दा band रह गए। Pilot को दे। Oh sorry. Interview चपां उधे बारे पूछे नहीं ना कि तुझे कितने पढ़े हुए हो। बेरे आपां ਪੜ੍ਹੇ ਤਾਂ ਕਾਫ਼ੀ ਮਤਲਬ ਕਿ ਜਦੋਂ ਅਸੀਂ ਪੜ੍ਹਦੇ ਉਦੋਂ ਲਾਈਟ ਵੀ ਨਹੀਂ ਹੁੰਦੀ ਸੀ ਸਟਰੀਟ ਲਾਈਟਾਂ 'ਚ ਪੜ੍ਹਦੇ ਨੇ ਮੇਰੇ ਮਤਲਬ ਕਿ ਬਹੁਤ ਹਾਂ ਥੱਲੇ ਸਟਰਗਲ ਕੀਤਾ ਹਾਂਜੀ ਥੈਂਕ ਯੂ ਹਾਲੀਵੁੱਡ ਵਗੈਰਾ 'ਚ ਕਦੋਂ ਨਹੀਂ ਟਰਾਈ ਕਰਦੇ ਹਾਂਜੀ ਹਾਲੀਵੁੱਡ 'ਚ ਕਦੋਂ ਨਹੀਂ ਟਰਾਈ ਕਰਦੇ ਹਾਲੀਵੁੱਡ ਦੀ ਵੀਰੇ ਆਫਰ ਤਾਂ ਆਪਾਂ ਨੂੰ ਆਉਂਦੀ ਸੀਗੀ ਬਟ ਜਿਹੜੀ ਉਹਨਾਂ ਦੀ ਇੰਗਲਿਸ਼ ਆਪਾਂ ਮਤਲਬ ਕਿ ਮੇਰੀ ਸਪੀਡ ਥੋੜ੍ਹੀ ਜਿਹੀ ਇੰਗਲਿਸ਼ ਦੀ ਜ਼ਿਆਦਾ ਪੈਸੇ ਉਹਨਾਂ ਨੇ ਅਸੀਂ ਜ਼ਿਆਦਾ ਮੰਗੇ ਤੇ ਸਾਨੂੰ ਦਿੱਤੇ ਨਹੀਂ ਉਹਨਾਂ ਨੇ ਇਸ ਕਰਕੇ 2500 ਰੁਪਇਆ ਮੰਗਿਆ ਸੀ ਹਾਂਜੀ ਵੀਰੇ ਮਤਲਬ ਕਿ ਆਪਾਂ ਇੰਨੇ ਜੋਗੇ ਤਾਂ ਹੈ ਨਹੀਂ ਗਏ ਕਿ ਕਿਸੇ ਨੂੰ ਆਪਾਂ ਮੈਸੇਜ ਦੇ ਚੁੱਕੀਏ ਸਕੀਏ ਸੋਰੀ ਕਿਉਂਕਿ ਸਾਡੀਆਂ ਸ਼ਗਲਾਂ ਕਿ ਇਹਨੇ ਸੁਣਨੀ ਵੀ ਨਹੀਂ ਸਾਡੀ ਸਹੀ ਗੱਲ ਇਹ ਆ ਕਿ ਬਾਕੀ ਅੱਜ ਕੱਲ੍ਹ ਜਿਵੇਂ ਪੰਜਾਬ ਦੇ ਹਾਲਾਤ ਚੱਲ ਰਹੇ ਆ ਹਰ ਕੋਈ ਨੌਜਵਾਨ ਮਤਲਬ ਕਿ ਹਰ ਨਹੀਂ ਕਹਿ ਸਕਦੇ ਬਹੁਤ ਨੌਜਵਾਨ ਜਿਵੇਂ ਨਸ਼ਿਆਂ 'ਚ ਪਏ ਆ ਕਈ ਮੁੰਡੇ ਡਿਪਰੈਸ਼ਨ 'ਚ ਗਏ ਆ ਪਰ ਜੇ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਨਾਲ ਕਿਸੇ ਦੇ ਮਤਲਬ ਕਿ ਫੇਸ 'ਤੇ ਸਮਾਈਲ ਆਉਂਦੀ ਆ ਅਤੇ ਇਸ ਤੋਂ ਵੱਡੀ ਖੁਸ਼ੀ ਸਾਡੇ ਲਈ ਕੋਈ ਨਹੀਂ ਮਤਲਬ ਕਿ ਇਹੀ ਕੰਮ ਮਤਲਬ ਕਿ ਇਹੀ ਵੀਡੀਓ ਅਸੀਂ 100 ਵਾਰ ਬਣਾਵਾਂਗੇ ਪਰ ਸਾਨੂੰ ਮਤਲਬ ਕਿ ਮੈਸੇਜ ਵੀ ਬਹੁਤ ਆਉਂਦੇ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ ਪਏ ਹੋ ਅਤੇ ਮਤਲਬ ਜਦੋਂ ਲੋਕਾਂ ਨੂੰ ਖੁਸ਼ੀ ਮਿਲਦੀ ਆ ਤਾਂ ਸਾਨੂੰ ਵੀ ਖੁਸ਼ੀ ਮਿਲਦੀ ਆ ਲੋਕ ਹੱਸਦੇ ਆ ਅਸੀਂ ਫਨੀ ਵੀਡੀਓ ਦੇ ਨਾਲ ਨਾਲ ਮੋਟੀਵੇਸ਼ਨਲ ਇਹੋ ਜਿਹੀਆਂ ਵੀਡੀਓ ਵੀ ਬਣਾਉਂਦੇ ਹਾਂ ਜਿਹਦੇ ਨਾਲ ਕਿ ਇੱਕ ਲੋਕਾਂ ਨੂੰ ਸੇਧ ਦੇਈ ਦੀ ਆ ਕਿ ਮਾਂ ਪਿਓ ਦੀ ਇੱਜ਼ਤ ਕਰੋ ਆਪਦੇ ਭਰਾਣਾ ਭਰਾਵਾਂ ਨਾਲ ਮਿਲ ਜੁੜ ਕੇ ਰਹੋ ਹਾਂਜੀ ਤੇ ਕੁੱਤੇ ਦੇ ਸੋਟੀ ਨਾ ਮਾਰੋ ਤੇ ਪੱਠੇ ਪਾਓ ਨਾ ਹਾਂਜੀ ਸਾਰਿਆਂ ਨੂੰ ਮਤਲਬ ਕਿ ਸਾਰਿਆਂ ਨਾਲ ਭਰਾਵਾਂ ਵਾਂਗੂ ਰਹੋ ਸੋ ਇਹ ਸਨ ਅੱਜ ਦੇ ਸਾਡੇ ਗੈਸਟ ਧਰਮਕੋਟ ਟੀਮ ਬਹੁਤ ਵਧੀਆ ਲੱਗਿਆ ਵੀਰੇ ਤੁਹਾਡੇ ਸਾਰਿਆਂ ਨਾਲ ਮਿਲ ਕੇ ਅੱਛਾ ਜੀ ਤੁਹਾਡੇ ਨਾਲ ਵੀ ਮਤਲਬ ਕਿ ਮਿਲ ਕੇ ਸਾਨੂੰ ਵੀ ਬਹੁਤ ਵਧੀਆ ਲੱਗਾ ਹਾਂਜੀ ਬਹੁਤ ਖੁਸ਼ੀ ਹੋਈ ਜਿੱਦਾਂ ਦੇ ਤੁਹਾਨੂੰ ਵੀਡੀਓਜ਼ ਦੇ ਵਿੱਚ ਦੇਖਦੇ ਸੀਗੇ ਸੇਮ ਮਿਲ ਕੇ ਯਾਰ ਉਦਾਂ ਦਾ ਫੀਲ ਹੋਇਆ ਬਹੁਤ ਵਧੀਆ ਲੱਗਿਆ ਸੀਰੀਅਸਲੀ ਤੁਹਾਨੂੰ ਮਿਲ ਕੇ ਤੇ
ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ ਕਰ ਦਿਓ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ, ਸਾਨੂੰ ਵੀ ਫੋਲੋ ਕਰ ਲਿਓ ਤੇ ਆਪਾਂ ਮਤਲਬ ਕਿ ਵੀਰੇ ਇੱਕ ਕੰਮ ਸੀਗਾ ਨੀਚੇ ਸਾਡਾ ਵੀ ਲਿੰਕ ਪਾ ਦਿਓ, ਅਸੀਂ YouTube ਤੇ ਬੜੇ ਐਕਟਿਵ ਰਹੀਦਾ ਵਾ ਵੀਰ ਬਣ ਕੇ ਸਾਡੀਆਂ ਭੈਣਾਂ ਬਣ ਕੇ, ਸਾਨੂੰ ਵੀ ਪਲੀਜ਼ ਫੋਲੋ ਕਰ ਲਓ ਜਿਵੇਂ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਪਿਆਰ ਦਿੰਦੇ ਹੋ ਉਵੇਂ ਸਾਨੂੰ ਮਤਲਬ ਕਿ ਯੂਟਿਊਬ ਤੇ ਪਿਆਰ ਦਿਓ। ਨੀਚੇ ਆਈਡੀ ਮੈਂਸ਼ਨ ਕੀਤੀ ਆ, ਸਾਰੇ ਜਾਣੇ ਸਾਡੇ YouTube ਤੇ ਜਾ ਕੇ ਸਬਸਕ੍ਰਾਈਬ ਕਰੋ, ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਨਵੇਂ ਨਵੇਂ ਸਾਡੇ ਵੀ ਵਲੌਗ ਦੇਖੋ, ਧੰਨਵਾਦ ਜੀ।